ਟੈਲੀਕਾਮ ਵਿਭਾਗ ਨੇ ਵੋਡਾਫੋਨ ਆਈਡੀਆ ਤੋਂ AGR ਬਕਾਏ ਨੂੰ ਲੈ ਕੇ ਕਰੀਬ 53 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਵਿੱਚ ਵਿਆਜ, ਜੁਰਮਾਨਾ ਅਤੇ ਰਾਸ਼ੀ ਦੇ ਭੁਗਤਾਨ 'ਚ ਕੀਤੀ ਗਈ ਦੇਰੀ ਦਾ ਵਿਆਜ ਵੀ ਸ਼ਾਮਿਲ ਹੈ। ਕੰਪਨੀ ਨੇ ਕਿਹਾ ਕਿ ਉਹ AGR ਦੇਣਦਾਰੀ ਅਤੇ ਸਵੈ ਮੁਲਾਂਕਣ ਰਿਪੋਰਟ ਟੈਲੀਕਾਮ ਵਿਭਾਗ ਨੂੰ 6 ਮਾਰਚ ਨੂੰ ਸੌਂਪ ਚੁੱਕੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 17 ਫਰਵਰੀ ਨੂੰ 2500 ਕਰੋੜ ਰੁਪਏ ਅਤੇ 20 ਫਰਵਰੀ ਨੂੰ 1000 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ AGR ਬਕਾਏ ਨੂੰ ਲੈ ਕੇ ਟੈਲੀਕਾਮ ਕੰਪਨੀਆਂ ਖੁਦ ਮੁਲਾਂਕਣ ਨਾ ਕਰਨ, ਇਸ ਨੂੰ ਅਦਾਲਤ ਦੀ ਮਾਨਹਾਨੀ ਮੰਨਿਆ ਜਾ ਸਕਦਾ ਹੈ। ਕੋਰਟ ਨੇ ਟੈਲੀਕਾਮ ਕੰਪਨੀਆਂ ਨੂੰ ਜ਼ੋਰਦਾਰ ਫਟਕਾਰ ਲਗਾਈ ਹੈ। ਇਸ ਦੇ ਨਾਲ ਹੀ ਕੋਰਟ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਦੇ MD ਨੂੰ ਜੇਲ੍ਹ ਭੇਜਣ ਦੀ ਚੇਤਾਵਨੀ ਵੀ ਦਿੱਤੀ ਹੈ। ਦੂਜੇ ਪਾਸੇ ਸੋਮਵਾਰ ਨੂੰ ਵੋਡਾਫੋਨ ਆਈਡੀਆ ਨੇ ਕਿਹਾ ਕਿ ਉਹ ਟੈਲੀਕਾਮ ਵਿਭਾਗ ਨੂੰ 3,353 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਖੁਦ ਦੇ ਮੁਲਾਂਕਣ ਮੁਤਾਬਕ ਉਹਨਾਂ ਨੇ AGR ਬਕਾਏ ਦੀ ਮੂਲ ਰਾਸ਼ੀ ਦਾ ਪੂਰਾ ਭੁਗਤਾਨ ਕਰ ਦਿੱਤਾ ਹੈ। ਹੁਣ ਤੱਕ ਕੰਪਨੀ ਸਰਕਾਰ ਨੂੰ AGR ਬਕਾਏ ਨੂੰ ਲੈ ਕੇ 6,854 ਕਰੋੜ ਰੁਪਏ ਦੇ ਚੁੱਕੀ ਹੈ। ਬਿਊਰੋ ਰਿਪੋਰਟ, ਆਵਾਜ਼ ਕੌਮ TV।